ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਪਸ਼ੂ ਤੁਹਾਨੂੰ ਦਿਖਾਉਣੇ ਆ ਅਤੇ ਸਾਰੀ ਵਰਾਇਟੀ ਦੀਆਂ ਤੁਹਾਨੂੰ ਦਿਖਾਵਾਂਗੇ। ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ। ਅੱਜ ਤੋਕੜ ਗੱਬਣ ਵੀ ਆ, ਸੱਜਰ ਵੀ ਆ, ਬੱਚੇ ਤੋਂ ਬਿਨਾਂ ਵੀ ਆ, ਸਾਰੀ ਵਰਾਇਟੀ ਹੈਗੀ ਆ ਜਿਹੜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ ਜੀ। ਅੱਜ ਤੇ ਪੂਰੀ ਖੁਰਲੀ ਭਰੀ ਜੀ, ਠੀਕ ਆ। ਤੇ ਚਲੋ ਨਾਮ ਦੱਸ ਦੇ ਕਰੀ। ਨਾਮ ਮੇਰਾ ਹਰਪਾਲ ਸਿੰਘ ਜੀ। ਹਾਂਜੀ, ਚਵਿੰਡਾ ਜ਼ਿਲ੍ਹਾ ਮੋਹਾਲੀ ਜਨਾਲਾ ਜੀ। ਫੋਨ ਨੰਬਰ ਹੀ ਬੋਲ ਦਿਓ। 9945-94-95। ਠੀਕ ਆ। ਤੇ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਆ, ਤਾਜ਼ੀ ਸੋਈ ਜੀ? ਇਹ ਕੱਲ ਸੋਈ ਆ ਜੀ। ਅੱਛਾ, ਚੰਗੇ ਕੱਦ ਕਾਟ ਕੇ ਤੇ ਬਾਕੀ ਮਿਲਕ ਮੈਨੂੰ ਵੀ ਚੰਗੀ ਲੱਗੀ ਆ। ਕਿੰਨੇ ਕੁ ਦੁੱਧ ਵਾਲੀ ਜੀ? ਦੁੱਧ ਵਾਲੀ ਜੀ ਘਰ ਵਾਲੇ ਆਂਦੇ ਵੀ 11-12 ਕਿਲੋ ਦੁੱਧ ਅਸੀਂ ਚੋਲੇ ਰਹਿਣਾ। ਅੱਛਾ, ਨਾੜੂ ਜਿਹੜਾ ਨਾਲ ਆ ਤੋਰ ਦੋ ਫਿਰ ਕਰੀ ਨੂੰ। ਇਸ ਦੇ ਨਾੜੂ ਉਸ ਤਰ੍ਹਾਂ ਟੁੱਟ ਗਿਆ ਪਰ ਹੈਗਾ ਜਿਹੜਾ ਨਾਲ ਤਾਜ਼ਾ ਹੀ ਆ, ਜਿੰਨਾ ਨਹੀਂ ਆ। ਇਹ ਜਿਹੜੇ ਜਾਨਵਰ ਖਿੱਚ ਦਿੰਦੇ ਆ ਬਾਕੀ ਚੰਗੇ ਕੱਦ ਕਾਟ ਚ ਆਤਣਾ ਤਾਜ਼ੀ ਸੂਈ ਆ ਬਿਲਕੁਲ। 11-12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਤੇ ਇਹਦਾ ਫਿਰ ਮੁੱਲ? ਮੁੱਲ 85,000। ਅੱਛਾ, ਆਪ ਵੀ ਕਰ ਦੋ। ਕਿੰਨੇ ਚ ਪਹੁੰਚ ਕਰ ਦੀ ਇਹਦੀ? ਚੰਗਾ ਹੈ ਸਣਾ ਦਾ ਸਾਈਜ਼ ਗੈਪ, ਉਹਦਾ ਵੀ ਠੀਕ ਆ, ਪ੍ਰੋਪਰ ਹੱਥ ਚ ਆਉਣ ਵਾਲੇ ਦੋਵਾਂ ਦੇ ਸਾਨੇ ਆ ਜਿਹੜੇ। ਹਫ਼ਤੇ ਦੇ ਲਾਗੇ ਬੰਨੇ ਟਾਈਮ ਇਹ ਖੜਦੀ ਆ। ਬਾਕੀ ਚੰਗੀ ਭਰੂਗੀ ਇਹ ਵੀ। ਬਾਕੀ ਇੱਥੇ ਆਣ ਕੇ ਪਸ਼ੂ ਵੇਖਿਆ ਕਰੋ, ਫਿਰ ਪ੍ਰੋਪਰ ਕੱਦ ਕਾਠ ਦਾ ਸਾਰੀਆਂ ਚੀਜ਼ਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ। ਤੇ ਇਹਦਾ ਫਿਰ ਮੁੱਲ? ਇਹ ਜਿਹੜੀ ਆਪਾਂ ਦੇ ਹੀ ਦੇਣੀ ਆ ਨਾ, ਇਹ ਪੂਰੇ 75,000 ਦੇ ਦੋਵਾਂ। 75,000 ਦੀ? ਹਾਂ 75,000। ਠੀਕ ਆ। ਪਹੁੰਚ ਵਿੱਚ 100 ਕਿਲੋਮੀਟਰ ਤੱਕ? ਪਹੁੰਚ ਸਾਰੀਆਂ ਦੇ ਵਿੱਚ ਰਹੂਗੀ 100 ਕਿਲੋਮੀਟਰ ਤੱਕ। ਤੇ ਇਹ ਵੀ ਗੱਬਣ ਆ? ਇਹ ਵੀ ਅਰਜੀ ਗੱਬਣ ਆ। ਇਹ ਕਿੰਨਾ ਕੁ ਲੈ ਜੂ ਟਾਈਮ? ਤੋਰ ਦੋ ਫਿਰ ਕਰੀ ਨਾ।
ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ, ਚੰਗੀ ਸੰਭੀ ਸੁੰਭੀ ਝੋਟੀ ਹੈ ਜਿਹੜੀ, ਇਹ ਵੀ ਰਾਜੀ ਆ ਜਿਹੜੀ ਪੂਰੀ। ਥੋੜ੍ਹਾ ਡਰਦੀ ਡਰਦੀ ਜੀ ਆ, ਉਸ ਤਰ੍ਹਾਂ ਕੱਦ ਕਾਠ 'ਚ ਬੋਡੀ ਵੇਟ 'ਚ ਚੰਗੀ ਆ ਜਿਹੜੀ। ਬਾਕੀ ਹਵਾਨਾ ਪਛਾਣ ਵੀ ਚੰਗਾ ਤਿਆਰ ਕਰਨ ਦੀ ਹੈ, ਅਤੇ ਹਵਾਨਾ ਗਾਹਣ ਵੀ ਚੰਗਾ ਤਿਆਰ ਕਰਨ ਦੀ। ਅਤੇ ਇਹਦੇ ਕਿੰਨੇ 'ਚ ਪਹੁੰਚ ਕਰਦੀ ਹੈ ਵੀਰ ਜੀ ਫਿਰ? ਹਾਂਜੀ 85,000 'ਚ ਪਹੁੰਚ, ਠੀਕ ਹੈ ਜੀ, ਠੀਕ ਹੈ। ਅਤੇ ਹੁਣ ਕਾ ਵੀ ਤਾਜ਼ੀ ਸੂਈ ਜੇ ਇਹ ਵੀ ਆ ਵੀ ਜੀ, ਕਾਲੀ ਸੂਈ ਆ ਤੇਰੇ ਮਗਰ ਬੱਚਾ ਕੀ ਜੇ ਕੱਟਾ ਰ ਵੀ ਜੇ ਮਗਰ ਇਹਦੇ ਕੱਟਾ ਆ। ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ, ਦੂਰ ਦੂਰ ਜਿਹੜਾ ਥਣੇ ਇਹਦਾ ਵੀ, ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ, ਤਾਜ਼ੀ ਸੂਈ ਆ ਜੇ ਵੀ। ਆਹ ਕੱਟਾ ਆ ਜਿਹੜਾ ਇਹਦੇ ਮਗਰ, ਦੇਖ ਸਕਦੇ ਹਵਾਨਾ ਇਹਦਾ ਲੱਗ ਗਿਆ। ਹਾਂਜੀ ਤੇ ਕਿੰਨਾ ਕੁ ਦੁੱਧ ਚ ਪਾਈ ਜਾਊਗੀ? ਇਹਦਾ ਮੁੱਲ ਫਿਰ ਪਹੁੰਚ ਵਿੱਚ ਹੀ ਹਨਾ, ਠੀਕ ਹੈ ਜੀ। ਤੇ ਹੁਣ ਆ ਗਾਂ ਗੱਭਣ ਜੇ, ਇਹ ਕਿੰਨਾ ਖੜਦੀ ਟਾਈਮ? ਠੀਕ ਹੈ ਜੀ। ਤੇ ਕਿੰਨੇ ਕੁ ਦੁੱਧ ਵਾਲੀ ਆ? ਅੱਛਾ ਤਿਆਰ ਕੀ, ਦੁੱਧ ਚੰਗਾ ਕੱਢੀ ਜਾਊਗੀ? ਮੌਸਮ ਚੰਗਾ ਆ ਗਿਆ ਨਾ ਹੁਣ ਤੇ, ਗਾੜੀ ਮੌਸਮ ਚੰਗਾ ਆ, ਮੌਸਮ ਚੰਗਾ ਆ ਗਿਆ ਜੀ। ਤੋਰੋ ਹਾਂ ਫਿਰ ਇੱਕ ਵਾਰੀ ਇਹਨਾਂ ਨੂੰ। ਬਾਕੀ ਚੰਗੇ ਕੱਦ ਕਾਠ 'ਚ ਆ, ਸੋਹਣੇ ਰੰਗ ਰੂਪ ਦੀ ਆ, ਚੰਗੀ ਭਰਨੀ ਆ ਥੱਲਿਆਂ, ਵੱਟ ਵੁੱਟ ਹਵਾਨੇ 'ਚ ਚੰਗੇ ਆ। ਹਾਂਜੀ ਹਾਂਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ, ਤੇ ਬਾਕੀ ਮਿਲਕ ਵੀ ਇਹਨੂੰ ਵੀ ਚੰਗੀ ਲੱਗੀ ਆ। ਤੇ ਇਹਦਾ ਫਿਰ ਮੁੱਲ? ਇਹਦਾ ਵੀ ਫੋਨ ਤੇ ਮੁੱਲ ਕਰਾਂਗੇ। ਅੱਛਾ ਇਹਦਾ ਮੁੱਲ ਫੋਨ ਤੇ ਕਰਨਾ, ਠੀਕ ਹੈ ਠੀਕ ਆ। ਤੇ ਹੁਣ ਇੱਕ ਆ ਜੱਸੀ ਹੈਗੀ ਜੇ, ਨੋਰਮਲ ਕੱਦ ਵਾਲੀ ਹੈ ਜਿਹੜੀ, ਇਹ ਬੱਚੇ ਤੋਂ ਬਿਨਾਂ ਹੀ ਜੇ? ਬੱਚੇ ਤੋਂ ਬਿਨਾਂ ਰੁਪਈ ਜੀ, ਬੱਚਾ ਤਾਂ ਮਰ ਗਿਆ, ਠੀਕ ਹੈ। ਇਹ ਵੀਰ ਭਰਾ ਨੇ ਵੀਡੀਓ ਮੋਨੀ ਨਹੀਂ ਪਾ ਦਾਂਗੇ ਆਪਾਂ, ਠੀਕ ਹੈ ਜੀ। ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ? ਸੂਈ ਨੂੰ ਰੁਪਈਏ ਨੂੰ 20-22 ਦਿਨ ਹੋ ਗਿਆ, ਮਹੀਨੇ ਦੇ ਲਾਗੇ ਮੰਨ ਕੇ ਚੱਲੀਏ ਆਪਾਂ ਕਿ।
ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਵੀ 7 ਕਿਲੋ ਜੇ ਤਿਆਰ ਹੀ ਹੋਣਾ। ਤਿਆਰ ਜਿਹੜਾ? ਹਾਂ ਤਿਆਰ। 7 ਕਿਲੋ। ਤੇ ਇਹਦਾ ਫਿਰ ਮੁੱਲ? ਮੁੱਲ ਜੀ ਮੰਗਣ ਭਾਂ ਜੋ ਮਰਜ਼ੀ 15 ਤੋਲਾ ਜੋ ਮਰਜ਼ੀ ਮਿਲ ਜਾਏਗੀ। ਹਾਂ ਨਾ 12000 ਦੀ ਹੋਊਗੀ। ਅੱਛਾ 12000 ਦੀ। 12000 ਦੀ। ਠੀਕ ਹੈ ਜੀ। ਪਹੁੰਚ ਇਹਦੀ ਆਪਣੀ ਹੋਊਗੀ। ਇਹਦੀ ਪਹੁੰਚ ਆਪਣੀ ਹੋਊਗੀ, ਇਹਦੀ ਪਹੁੰਚ ਵੱਖਰੀ ਆ। ਹਾਂਜੀ। ਤੇ ਹੁਣ ਜਿਹੜੀ ਆਹ ਵਾਲੀ ਜੇ ਇਹ ਵੀ 6 ਮਹੀਨੇ ਦੇ ਗੱਭਣ ਜੇ। ਠੀਕ ਆ। ਦੁੱਧ ਨਹੀਂ ਜੇ ਦਿੰਦੀ। 6 ਮਹੀਨੇ ਦੇ ਗੱਭਣ ਚੱਕ ਵਾਸਤੇ ਦੁੱਧ ਨਹੀਂ ਦਿੰਦੀ। ਹਾਂ ਦੁੱਧ ਨਹੀਂ ਦਿੰਦੀ। ਤੋਰ ਤਾਂ ਫਿਰ ਇਹਨਾਂ। ਇਹ ਉਤਰਾ ਦੁੱਧ ਕਿੰਨਾ ਚਵਾ ਦਿੰਦੀ ਆ? ਦੁੱਧ ਇਹ ਘਰ ਵਾਲੇ ਨੇ ਵੀ 10 ਕਿਲੋ ਪਹਿਲੇ ਸੂਏ ਦਿੱਤਾ ਕਿ ਦੂਸਰਾ ਸੂਆ ਸੋਣਾ ਨੇ। ਅੱਛਾ। ਹਾਂਜੀ। ਹਾਂਜੀ। ਤੇ ਇਹਦਾ ਮੁੱਲ ਫਿਰ? ਮੁੱਲ 15000 ਨਾ ਕਰ ਲਈਏ। ਵੇਖ ਲਓ ਤੁਹਾਡੀ ਮਰਜ਼ੀ ਆ। ਇਹ ਵੀ 12000 ਦੀ ਤੇ ਪਹੁੰਚ ਇਹਦੀ ਵੀ ਵੱਖਰੀ ਆ ਹਨਾ। ਇਹਨਾਂ ਦੋਵਾਂ ਦੀ ਪਹੁੰਚ ਵੱਖਰੀ ਆ, ਜਿਹੜੀ ਬਾਕੀ ਸਾਰੀਆਂ ਦੀ ਪਹੁੰਚ ਵਿੱਚ ਹੀ ਆ। ਤੇ ਬਾਕੀ ਕੋਈ ਇੱਥੋਂ 24000 ਰੁਪਇਆ ਬਣਦਾ ਨਾ ਜੁੜੇ ਦਾ। ਹਾਂਜੀ ਜੀ। ਜੋੜਾ ਤੋਂ ਲੈ ਜੂਗਾ ਨਾ। ਹਾਂਜੀ 2000 ਹੋਰ ਲੈਸ ਕਰ ਦਾਂਗੇ। ਅੱਛਾ। 11000 ਦੇ ਹਿਸਾਬ ਨਾਲ ਦੇ। ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ, ਬਾਕੀ ਇਹ ਆ ਵੀ ਕੋਈ ਇੱਥੋਂ ਹੀ ਆਣਾ ਆਪਣੀ ਤਸੱਲੀ ਕਰਕੇ, ਦੁੱਧ ਦੀ ਚਵਾਈ ਕਰਕੇ ਹਨਾ, ਤੇ ਆਪਣੀ ਸਮਝਣਾ, ਆਪਣੀ ਮਰਜ਼ੀ ਨਾਲ ਵੇਚ ਚਾਖ ਕੇ ਪਸ਼ੂ ਖਰੀਦੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਪੈਸੇ ਤੁਸੀਂ ਖਰਚਣੇ ਆ, ਜ਼ਿੰਮੇਵਾਰੀ ਵੀ ਤੁਹਾਡੀ ਆ ਆਪਣੀ ਤਸੱਲੀ ਆਪ ਕਰਕੇ ਖੜਨ ਦੀ।